ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਰ ਜਿੰਦਰ ਪੰਜਾਬੀ ਵਲੋਗ ਵਿੱਚ ਸਵਾਗਤ ਹੈ। ਅਤੇ ਜੀ ਮੈਂ ਛੱਤ 'ਤੇ ਆਈ ਸੀ ਅਤੇ ਆਹ ਦੇਖੋ ਮੈਂ ਦੇਖ ਰਹੀ ਸੀ ਕਿ ਇਹ ਨਾ ਮੈਂ ਬੂਟਾ ਲਾਇਆ ਹੋਇਆ ਇਹਦੇ ਵਿੱਚ, ਆ ਦੇਖੋ ਡਰੰਮ ਦੇ ਵਿੱਚ ਇਹਦੇ 'ਚ ਹੋ ਗਏ ਨੇ, ਦੇਖੋ ਛੋਟੇ ਛੋਟੇ ਕਰੇਲਿਆਂ ਦੇ ਵੀ ਬੂਟੇ ਹੋ ਗਏ ਨੇ ਅਤੇ ਪਾਣੀ ਦੇਣ ਵਾਲਾ ਹੋ ਗਿਆ। ਅਤੇ ਇਹਦੇ 'ਤੇ ਬਹੁਤ ਸਾਰੀ ਮਤਲਬ ਫਰੂਟਿੰਗ ਆਈ ਹੋਈ ਆ, ਦੇਖੋ ਬਹੁਤ ਸੋਹਣੇ ਅਮਰੂਦ ਆਏ। ਅਤੇ ਇਹਦਾ ਅਮਰੂਦ ਇੰਨਾ ਵਧੀਆ ਹੁੰਦਾ ਨਾ, ਅਤੇ ਬਹੁਤ ਵਧੀਆ। ਅਤੇ ਮੈਂ ਇੱਧਰ ਆਈ ਸੀ ਆਪਣੇ ਕਾਵਾਂ ਨੂੰ ਪਾਉਣ, ਕਾਂ ਮੇਰੇ ਆ ਦੇਖ ਲਓ ਕਿੰਨੇ ਸੋਹਣੀ ਤਰੀਕੇ ਨਾਲ, ਕਿੰਨਾ ਨਮਕੀਨ ਪਾ ਦਿੰਦੀ ਹੁੰਦੀ ਹਾਂ ਜਾਂ ਮੈਂ ਰੋਟੀਆਂ ਚੂਰ ਕੇ ਪਾ ਦਿੰਦੀ ਹੁੰਦੀ ਹਾਂ। ਆਹ ਦੇਖ ਲਓ ਕੋਈ ਛੱਤ 'ਤੇ ਬੈਠੇ ਹੈ, ਇਕੱਠੇ ਹੋਏ ਹੋਏ ਆ ਸਾਰੇ। ਆ ਦੇਖ ਲਓ ਕਾਂ ਕਾਂ ਲਾਈ ਹੋਈ ਇਹਨਾਂ ਨੇ, ਅਤੇ ਕਬੂਤਰਾਂ ਨੂੰ ਤਾਂ ਬਿਲਕੁਲ ਨਹੀਂ ਆਉਣ ਦਿੰਦੇ, ਅਤੇ ਛੋਟੀ ਛੋਟੀਆਂ ਚਿੜੀਆਂ ਨੂੰ ਤਾਂ ਜਮੀ ਨਹੀਂ ਦੇਖ ਲਓ ਖਾਣ ਪੀਣ ਦਿੰਦੇ ਹੈਗੇ, ਇੰਨੇ ਖਰਾਬ ਹੁੰਦੇ ਨੇ ਕਾਂ। ਅਤੇ ਗਾਈਜ਼ ਮੈਂ ਕਿਹਾ ਚਲੋ ਵਲੋਗ ਦੀ ਸ਼ੁਰੂਆਤ ਕਰਦੀ ਹਾਂ, ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ। ਅੱਜ ਦੀ ਵਲੋਗ ਦੀ ਸ਼ੁਰੂਆਤ ਹੀ ਮੇਰੀ ਇੱਥੋਂ ਸੀਗੀ, ਬਾਕੀ ਬਹੁਤ ਸਾਰਾ ਪਿਆਰ ਦਿੰਦੇ ਹੋ, ਥੈਂਕ ਯੂ ਸੋ ਮੱਚ, ਤੁਹਾਡਾ ਬਹੁਤ ਦਿਲੋਂ ਸ਼ੁਕਰੀਆ ਤੁਹਾਡਾ। ਖਾ ਲਓ ਖਾ ਲਓ। ਅਤੇ ਆਹ ਦੇਖੋ ਜੀ ਛੱਤ 'ਤੇ ਲੱਗੀਆਂ ਹੋਈਆਂ ਨੇ ਘੀਆ, ਛੋਟੀਆਂ ਛੋਟੀਆਂ ਘੀਆ ਲੱਗੀਆਂ ਨਾ, ਨੀਚੋਂ ਦੀ ਵੇਲ ਲਾਈ ਹੋਈ ਹੈ ਅਤੇ ਉੱਪਰ ਚੜ੍ਹੀ ਹੋਈ ਹੈ, ਅਤੇ ਬਹੁਤ ਸੋਹਣੀ ਵੇਲ ਚੱਲ ਰਹੀ ਹੈ ਦੇਖੋ। ਅਤੇ ਇੱਧਰ ਮੈਂ ਕਿਆਰੀ 'ਚ ਹੁਣ ਸਾਫ਼ ਕਰਵਾਈ ਸੀ, ਕੁਛ ਨਾ ਕੁਛ ਬੀਜਣ ਦੀ ਸੋਚ ਰਹੀ। ਅਤੇ ਆਹ ਦੇਖੋ ਡੂੰਘਾ ਭਰ ਕੇ ਰੱਖਿਆ ਸੀ ਪਾਣੀ ਦਾ, ਮੈਂ ਕਿਹਾ ਪਾਣੀ ਪੀ ਲੈਣਗੇ ਕਿਉਂਕਿ ਗਰਮੀ ਦੁਬਾਰਾ ਬਹੁਤ ਜ਼ਿਆਦਾ ਹੋ ਗਈ ਹੈ। ਅਤੇ ਆਹ ਦੇਖੋ ਗਾਈਜ਼ ਇੱਕ ਲੱਗਿਆ ਹੋਇਆ ਪਲਾਂਟ, ਇਹਨੇ ਨੂੰ ਦੇਖ ਲਓ ਹਲਦੀ ਨੇ ਮੇਰੇ ਸਾਰਾ ਮਤਲਬ ਇਹ ਤੋੜ ਦਿੱਤਾ ਡਰੰਮ। ਅਤੇ ਆਹ ਦੇਖੋ ਕਿੰਨਾ ਸੋਹਣਾ ਫਲਾਵਰ ਲੱਗਾ ਹੋਇਆ ਹੈ ਨਾ, ਹਲਦੀ ਦਾ ਫਲਾਵਰ ਹੁੰਦਾ ਹੈ, ਬਹੁਤ ਸੋਹਣਾ ਲੱਗਦਾ। ਮੈਂ ਪਿਛਲੀ ਇੱਕ ਵਾਰੀ ਤੁਹਾਨੂੰ ਪਿਛਲੇ ਸਾਲ ਵੀ ਸ਼ਾਇਦ ਵੀਡੀਓ 'ਚ ਦਿਖਾਇਆ ਸੀ, ਬੜਾ ਪਿਆਰਾ ਲੱਗਦਾ ਹੈ। ਹਲਦੀ ਹੁੰਦੀ ਇਹਦੇ ਵਿੱਚ ਅਤੇ ਸਾਰੇ ਹਲਦੀ ਦੇ ਨੇ, ਅਤੇ ਆਹ ਅਵਿਸਕਸ ਜਿਹੜਾ ਹੁੰਦਾ ਨਾ ਉਹਦਾ ਬੂਟਾ, ਅਤੇ ਬਹੁਤ ਸੋਹਣੀਆਂ ਕਲੀਆਂ ਆਈਆਂ ਹੋਈਆਂ, ਇਹਨੂੰ ਵੀ ਹੁਣ ਫੁੱਲ ਆਉਣਗੇ। ਆਹ ਦੇਖੋ ਔਰੇਂਜ ਔਰੇਂਜ ਫੁੱਲ ਖਿਲਦੇ ਆ। ਅਤੇ ਆਹ ਦੇਖੋ ਟੁੱਟਾ ਹੋਇਆ, ਮੈਂ ਤੁਹਾਨੂੰ ਦਿਖਾਉਂਦੀ ਹਾਂ ਹਲਦੀ ਵੀ। ਆਹ ਦੇਖੋ ਇਹ ਹੈ ਹਲਦੀ, ਇਹ ਹੈ ਹਲਦੀ ਸਾਡੇ, ਹਲਦੀ ਲੱਗੀ ਹੋਈ ਹੈ, ਮੈਂ ਐਤਕੀ ਪੱਟੀ ਨਹੀਂ ਸੀ, ਇਹ ਹਲਦੀ ਦੁਬਾਰਾ ਹੋ ਗਈ ਹੈ। ਅਤੇ ਆਹ ਦੇਖੋ ਜੀ ਇਹ ਨਿਆਜ ਬੋਝ ਦਾ ਬੂਟਾ, ਇਹਨੂੰ ਨਿਆਜ ਬੋਝ ਬੋਲਦੇ ਆ, ਪਤਾ ਇਹਦੀ ਚਟਨੀ ਬਹੁਤ ਵਧੀਆ ਹੁੰਦੀ ਹੈ, ਇਹਦੀ ਚਟਨੀ ਇੰਨੀ ਤਾਕਤਵਰ ਹੁੰਦੀ ਹੈ ਨਾ ਕਿ ਜਿਹੜੇ ਆਪਣੇ ਪੇਟ ਦੇ ਵਿੱਚ ਬੱਚਿਆਂ ਦੇ ਅਤੇ ਆਪਣੇ ਕਿਸੇ ਦੇ ਕੀੜੇ ਹੁੰਦੇ ਆ ਨਾ ਉਹਨਾਂ ਨੂੰ ਖਤਮ ਕਰਦੀ ਹੈ। ਅਤੇ ਨਿਆਜ ਬੋਝ ਦਾ ਮਤਲਬ ਪੱਤਾ ਵੀ ਖਾ ਲਓ, ਬੜਾ ਅੱਛਾ ਟੇਸਟ ਹੁੰਦਾ ਇਹਦਾ, ਠੀਕ ਹੈ ਜੀ। ਜਿਹਦੇ ਜਿਹਦੇ ਲੱਗਾ ਹੈ ਮੈਨੂੰ ਬੂਟਾ ਜ਼ਰੂਰ ਦੱਸਿਓ, ਮੈਂ ਲਾਇਆ ਹੋਇਆ। ਆਹ ਦੇਖੋ ਬਾਕੀ ਮਿਲਦੀ ਹਾਂ ਜੀ ਤੁਹਾਨੂੰ ਥੱਲੇ ਹੋਰ ਕੰਮਾਂ ਦੇ ਨਾਲ, ਘਰ ਚੱਲ ਅਤੇ ਨੀਚੇ ਜਾ ਰਹੀ ਮੈਂ, ਛੱਤ 'ਤੇ ਆਈ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ। ਅਤੇ ਲੋਕ ਗਾਈਸ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਲੈ ਕੇ ਆਈ ਮੈਂ ਤੁਲਸੀ ਦੇ ਪੱਤੇ, ਛੱਤ ਤੋਂ ਲੈ ਕੇ ਆਈ ਹਾਂ। ਅਤੇ ਤੁਲਸੀ ਦੇ ਪੱਤੇ ਪਤਾ ਕਿੰਨਾ ਫਾਇਦਾ ਕਰਦੇ, ਹੁਣ ਅੱਜ ਕੱਲ੍ਹ ਮੈਂ ਸੁਕਾ ਕੇ ਰੱਖ ਲੂੰਗੀ ਇਹਨਾਂ ਨੂੰ ਧੋ ਕੇ ਵਧੀਆ ਤਰੀਕੇ ਨਾਲ, ਹੁਣ ਜਿਵੇਂ ਮੌਸਮ ਬਦਲ ਰਿਹਾ ਨਾ ਅਤੇ ਅਦਰਕ ਵਗੈਰਾ ਤੁਲਸੀ ਵਗੈਰਾ ਪਾ ਕੇ ਆਪਾਂ ਜਿਵੇਂ ਚਾਹ ਪੀਂਦੇ ਹਾਂ ਹੈ ਨਾ, ਜਿਵੇਂ ਆਪਣਾ ਗਲੇ ਦੇ ਵਿੱਚ ਖਾਰਿਸ਼ ਵਗੈਰਾ ਜਾਂ ਖਾਂਸੀ ਵਗੈਰਾ ਹੁੰਦੀ ਹੈ ਨਾ, ਅਤੇ ਵੈਸੇ ਵੀ ਵਧੀਆ ਹੁੰਦੀ ਹੈ ਅਤੇ ਬਹੁਤ ਅੱਛੀ ਚੀਜ਼ ਹੁੰਦੀ ਹੈ, ਠੀਕ ਹੈ। ਤੁਸੀਂ ਵੀ ਆਪਣੇ ਬੱਚਿਆਂ ਲਈ ਵੀ ਸਪੈਸ਼ਲ ਚਾਹ ਬਣਾ ਕੇ ਦੁੱਧ 'ਚ ਪਾ ਕੇ ਦੇ ਸਕਦੇ ਹੋ। ਅਤੇ ਲਓ ਜੀ ਇੱਧਰ ਮੈਂ ਸੋਚਿਆ, ਮੈਂ ਕਿਹਾ ਚਲੋ ਗਮਲਿਆਂ ਦੀ ਸੈਟਿੰਗ ਕਰ ਦਿੰਦੀ ਹਾਂ, ਥੋੜ੍ਹਾ ਮੌਸਮ ਜਿਹਾ ਵਧੀਆ ਹੋਇਆ ਸੀਗਾ ਸਵੇਰੇ ਸਿਰ ਦਾ, ਅਤੇ ਮੈਂ ਕਿਹਾ ਚਲੋ ਗਮਲਿਆਂ ਦੇ ਵਿੱਚ ਨਾ ਆਪਣੇ ਇੱਥੇ ਮੈਂ ਅਪਰਾਜਿਤਾ ਦਾ ਬੂਟਾ ਲਿਆ ਸੀਗਾ, ਮੈਂ ਗਲੀ ਵਿੱਚ ਮਾਲੀ ਜਾ ਰਿਹਾ ਸੀ ਅਤੇ ਅਪਰਾਜਿਤਾ ਦਾ ਬੂਟਾ ਲਿਆ ਹੋਇਆ ਸੀਗਾ, ਅਤੇ ਮੈਂ ਕਿਹਾ ਚਲੋ ਇਹ ਵੀ ਲਾ ਦਿੰਦੀ ਹਾਂ, ਨਾਲੇ ਇੱਕ ਦੋ ਮਿਰਚਾਂ ਦੇ ਬੂਟੇ ਹੋਏ ਨੇ ਉਹ ਮੈਂ ਗਮਲੇ 'ਚ ਲਾ ਦਾਂ। ਅਤੇ ਹੁਣ ਨਾ ਧਨੀਆ ਮਿਲ ਨਹੀਂ ਰਿਹਾ ਬਿਲਕੁਲ ਵੀ, ਮੈਂ ਬਾਜ਼ਾਰ ਦੇ ਵਿੱਚ ਵੀ ਨਹੀਂ ਆ ਰਿਹਾ ਅਤੇ ਸਬਜ਼ੀ ਵਾਲੇ ਸਾਡੇ ਇੱਥੇ ਪਿੰਡ ਦੇ ਵਿੱਚ ਲੈ ਕੇ ਨਹੀਂ ਆ ਰਹੇ, ਕਹਿੰਦੇ ਬਹੁਤ ਮਹਿੰਗਾ ਅਤੇ ਉਹ ਲੈ ਕੇ ਨਹੀਂ ਆਉਂਦੇ। ਮੈਂ ਕਈ ਵਾਰੀ ਮੰਗਵਾ ਲਿਆ ਅਤੇ ਅੱਜ ਮੈਂ ਸੋਚ ਰਹੀ ਹਾਂ ਕਿ ਮੈਂ ਨਾ ਗਮਲਿਆਂ ਦੇ ਵਿੱਚ ਹੀ ਲਾ ਦਿੰਦੀ ਹਾਂ ਧਨੀਆ, ਬਾਕੀ ਦੇਖਦੀ ਹਾਂ। ਮੈਂ ਬੀਜ ਮੰਗਵਾਇਆ ਹੈ, ਬਹੁਤ ਸੋਹਣੇ ਬੀਜ ਮੰਗਵਾਏ ਆ, ਪਾਲਕ ਧਨੀਆ ਕਈ ਚੀਜ਼ਾਂ ਦੇ ਮੰਗਵਾਏ ਆ, ਚੁਕੰਦਰ ਵਗੈਰਾ ਦੇ, ਅਤੇ ਸੋਚ ਰਹੀ ਹਾਂ ਲਾ ਦੇਵਾਂ। ਅਤੇ ਆਹ ਦੇਖੋ ਜੀ ਇਹ ਲਿਆ ਗ੍ਰੀਨ ਗਰਾਸ ਜਿਹੜਾ ਸੀਗਾ ਉਹ ਵੀ ਲਾਇਆ ਅਤੇ ਮੈਂ ਇਹਦੇ ਵਿੱਚ ਲਾ ਤਾ, ਦੇਖੋ ਪਰਾਜੀਦਾ ਦਾ ਬੂਟਾ।
ਅਤੇ ਅੱਜ ਮੈਂ ਕਿਹਾ ਚਲੋ ਸਵੇਰੇ ਸਵੇਰੇ ਆਪਣੇ ਜਿਹੜੇ ਸਾਰੇ ਪਲਾਂਟ ਹੈ ਨਾ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਣੇ ਆਪਣੇ ਟਿਕਾਣੇ ਰੱਖਦੀ ਹਾਂ। ਮੈਂ ਇਹਨਾਂ ਦੀ ਸੈਟਿੰਗ ਚੇਂਜ ਕਰਨ ਲੱਗੀ ਸੀ, ਬਾਕੀ ਤੁਸੀਂ ਜ਼ਰੂਰ ਦੱਸਿਓ ਮੈਨੂੰ ਠੀਕ ਲੱਗ ਰਿਹਾ ਕਿ ਨਹੀਂ ਇੱਥੇ ਮੇਰਾ ਪਲਾਂਟ। ਮੈਂ ਚੇਂਜ ਕੀਤਾ, ਕਾਫੀ ਬਦਲਿਆ ਅਤੇ ਦੇਖਦੀ ਹਾਂ। ਬਾਕੀ ਜੇ ਅੱਛੇ ਅੱਛੇ ਲੱਗਣਗੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇੱਥੇ ਪਲਾਂਟ ਅੱਛੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਸਾਈਕਲ ਵਾਲਾ ਮੈਂ ਇੱਧਰ ਕਰ ਦਿੱਤਾ ਅਤੇ ਉੱਧਰ ਪਾਮ ਪਲਾਂਟ ਲਗਾ ਦਿੱਤਾ ਅਤੇ ਮੈਂ ਚੇਂਜ ਕਰ ਰਹੀ ਸੀ ਅਤੇ ਮੈਂ ਕਿਹਾ ਚਲੋ ਨਾਲੇ ਥੋੜ੍ਹੇ ਕੰਮ ਘਰ ਦੇ ਕਰ ਲਈਏ, ਨਾਲੇ ਆਪਣੇ ਘਰ ਦੀ ਸੈਟਿੰਗ ਹੋ ਜੂਗੀ, ਨਾਲੇ ਵਧੀਆ ਲੱਗੂਗਾ ਹੈ ਨਾ। ਅਤੇ ਬਾਰਿਸ਼ ਦਾ ਮੌਸਮ ਦੇਖੋ, ਉਹ ਕਹਿੰਦੇ ਆ ਬਾਰਿਸ਼ ਹੋਣੀ ਹੈ, ਵੈਸੇ ਅੱਜ ਕੱਲ੍ਹ ਬਾਰਿਸ਼ ਦੀ ਜ਼ਰੂਰਤ ਤਾਂ ਹੈਗੀ ਨਹੀਂ ਕਿਉਂਕਿ ਜੀਰੀਆਂ ਆਪਣੀਆਂ ਪੱਕੀਆਂ ਪਈਆਂ ਬਿਲਕੁਲ, ਥੋੜ੍ਹੇ ਦਿਨਾਂ ਨੂੰ ਕੱਟਣ ਵਾਲੀ ਹੈ। ਅਤੇ ਇੱਧਰ ਮੈਂ ਪਲਾਂਟ ਦੀ ਸੈਟਿੰਗ ਕਰਕੇ ਅਤੇ ਲਓ ਜੀ ਇੱਧਰ ਮੈਂ ਪੌਣੇ ਭਿਉਣੇ ਸੀ। ਮੇਰੀ ਆਦਤ ਕਿ ਮੈਂ ਨਾ ਮਸ਼ੀਨ ਦੇ ਵਿੱਚ ਕੱਪੜੇ ਧੋਨੀ ਹੁੰਦੀ ਹਾਂ, ਪਰ ਮੈਂ ਪੌਣੇ ਆਪਣੇ ਕਦੀ ਵੀ ਰੋਟੀ ਵਾਲੇ ਜਾਂ ਸਬਜ਼ੀਆਂ ਵਾਲੇ ਜਿਸ ਤਰ੍ਹਾਂ ਹੁੰਦੇ ਨਾ ਪਰ ਰਸੋਈ ਦੇ ਵਿੱਚ ਯੂਜ਼ ਕਰਦੇ, ਉਹ ਮੈਂ ਕਦੀ ਵੀ ਮਸ਼ੀਨ ਦੇ ਵਿੱਚ ਨਹੀਂ ਧੋਂਦੀ ਹੁੰਦੇ। ਅਤੇ ਗਾਈਜ਼ ਇੱਧਰ ਆਪਣਾ ਮੈਂ ਕਿਹਾ ਚਲੋ ਧੋ ਲੈਂਦੀ ਹਾਂ, ਭਿਗੋ ਕੇ ਰੱਖਦੀ ਸੀ ਮੈਂ ਸਰਫ ਦੇ ਵਿੱਚ, ਅਤੇ ਇੱਧਰ ਧੋ ਕੇ ਆਪਾਂ ਅਲੱਗ ਤੋਂ ਧੋਂਦੇ ਹੁੰਦੇ ਹਾਂ ਅਤੇ ਥੱਪੀ ਨਾਲ ਚੰਗੀ ਤਰ੍ਹਾਂ ਇਹਨਾਂ ਦੀ ਅੱਜ ਕੁਟਾਈ ਕਰ ਰਹੇ ਹਾਂ। ਅਤੇ ਮੈਂ ਕਿਹਾ ਚਲੋ ਤਾਜ਼ਾ ਪਾਣੀ ਵੀ ਚੱਲ ਰਿਹਾ ਸੀ, ਨਾਲੇ ਆਪਣੇ ਕੱਪੜੇ ਧੋ ਲਈਏ ਥੋੜ੍ਹੇ ਥੋੜ੍ਹੇ, ਅਤੇ ਅੰਦਰ ਮਸ਼ੀਨ ਸਾਡੀ ਲੱਗੀ ਹੋਈ ਹੈ, ਹੱਥਾਂ ਨਾਲ ਮੈਂ ਆਪਣੇ ਪੌਣੇ ਧੋ ਲੈਂਦੀ ਹਾਂ। ਅਤੇ ਆਹ ਦੇਖੋ ਜੀ ਆਪਣੇ ਪੌਣਿਆਂ ਨੂੰ ਹੁਣ ਵਧੀਆ ਤਰੀਕੇ ਨਾਲ ਧੋ ਕੇ ਸੁੱਕਣੇ ਪਾਉਂਗੇ, ਧੁੱਪ ਬਹੁਤ ਵਧੀਆ ਨਿਕਲੀ ਹੋਈ ਹੈ। ਅਤੇ ਉੱਧਰ ਮੈਂ ਹਾਲੇ ਕਣਕ ਪਾਣੀ, ਆਪਣੀ ਕਣਕ ਸਾਡੀ ਸੁੱਕਣ ਵਾਲੀ ਇਹ ਧੋਤੀ ਸੀਗੀ। ਅਤੇ ਲਓ ਜੀ ਇੱਧਰ ਕੱਪੜਿਆਂ ਦਾ ਵੀ ਕੰਮ ਹੋਵੇ, ਛੋਟੇ ਛੋਟੇ ਬਹੁਤ ਸਾਰੇ ਕੰਮ ਹੁੰਦੇ। ਅਤੇ ਅੱਜ ਮੈਂ ਤੁਹਾਡੇ ਲਈ ਨਾ ਸਪੈਸ਼ਲੀ ਇੱਕ ਐਜ਼ਾ ਟ੍ਰਿਕ ਲੈ ਕੇ ਆਈ ਹਾਂ। ਕਈ ਵਾਰੀ ਹੁੰਦਾ ਨਾ ਅਕਸਰ ਜਿਵੇਂ ਸਾਡੇ ਭਾਂਡੇ ਨਹੀਂ ਸਾਫ਼ ਹੁੰਦੇ ਹੈਗੇ ਹੈ ਨਾ ਜੀ, ਮੈਂ ਤੁਹਾਨੂੰ ਜ਼ਰੂਰ ਦਿਖਾਊਂਗੀ ਭਾਂਡੇ ਸਾਫ਼ ਕਰਨ ਦਾ ਬਹੁਤ ਵਧੀਆ ਅਤੇ ਬਹੁਤ ਸੌਖਾ ਤਰੀਕਾ। ਅਕਸਰ ਸਾਡੇ ਕੋਲ ਭਾਂਡੇ ਹੁੰਦੇ ਜਿਵੇਂ ਪਿੱਤਲ ਦੇ, ਤਾਂਬੇ ਦੇ, ਹੈ ਨਾ, ਇਹ ਸਾਡੇ ਕੋਲ ਸਾਫ਼ ਨਹੀਂ ਹੁੰਦੇ ਹੈਗੇ। ਅਤੇ ਬਹੁਤ ਅੱਛੀ ਚੀਜ਼ ਲੈ ਕੇ ਆਈ ਹਾਂ, ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ, ਠੀਕ ਹੈ ਜੀ। ਅਤੇ ਤੁਸੀਂ ਦੇਖਿਓ ਅਤੇ ਤੁਸੀਂ ਟਰਾਈ ਜ਼ਰੂਰ ਕਰਿਓ। ਇਹ ਅਕਸਰ ਮਤਲਬ ਇਹ ਚੀਜ਼ਾਂ ਆਪਾਂ ਨੂੰ ਨੋਟਿਸ ਕਰਨੀਆਂ ਚਾਹੀਦੀਆਂ, ਬਹੁਤ ਅੱਛਾ ਲੱਗਦਾ ਨਾ ਵੀ ਜਿਵੇਂ ਆਪਾਂ ਨੂੰ ਕੁਛ ਸਿੱਖਣੇ ਨੂੰ ਮਿਲਦਾ। ਅਤੇ ਇੱਧਰ ਆਪਾਂ ਕਣਕ ਧੋਤੀ ਹੋਈ ਸੀ ਤੁਸੀਂ ਦੇਖੀ ਸੀ, ਅਤੇ ਕਣਕ ਥੋੜ੍ਹੀ ਜਿਹੀ ਧੁੱਪ ਨਿਕਲੀ ਸੀ, ਮੈਂ ਕਿਹਾ ਚਲੋ ਫੁਲਾ ਦਿੰਦੀ ਹਾਂ ਬਸ ਸੁੱਕ ਜੀ ਜਾਏ, ਨਹੀਂ ਤਾਂ ਮੌਸਮ ਅੱਜ ਕੱਲ੍ਹ ਨਾ ਥੋੜ੍ਹਾ ਲੱਗ ਰਿਹਾ ਜਿਵੇਂ ਖਰਾਬ ਹੈ, ਬਾਰਿਸ਼ ਆਉਣ ਦੇ ਚਾਂਸ ਲੱਗ ਰਿਹਾ, ਕਿਣਮਿਣ ਜੀ ਨਾ ਦਾ ਡਰ ਲੱਗਦਾ ਰਹਿੰਦਾ ਵੀ ਬਾਰਿਸ਼ ਹੋਵੇ ਫਿਰ ਸੀਲਨ ਜੀ ਹੋ ਜਾਵੇ ਅਤੇ ਸਾਡੀ ਕਣਕ ਸੁੱਕਦੀ ਨਹੀਂ। ਅਤੇ ਮੈਂ ਕਿਹਾ ਚਲੋ ਹੱਥ ਮਾਰਦਾ ਚੰਗੀ ਤਰ੍ਹਾਂ ਸਾਫ਼ ਸੁਥਰੀ ਹੋ ਜਾਏਗੀ, ਫਿਰ ਇਹਨੂੰ ਆਪਾਂ ਝਾਰ ਕੇ ਚੰਗੀ ਤਰ੍ਹਾਂ ਫਿਰ ਆਟਾ ਪਿਸਵਾਵਾਂਗੇ, ਕਿਉਂਕਿ ਮੈਂ ਜ਼ਿਆਦਾਤਰ ਨਾ ਘਰ ਦੇ ਹੀ ਇਸ ਤਰ੍ਹਾਂ ਹੀ ਆਟਾ ਪਿਸਵਾਉਂਦੀ ਹੁੰਦੀ ਹਾਂ। ਅਤੇ ਲਓ ਗਾਈਜ਼ ਆਪਾਂ ਮਸ਼ੀਨ ਇੱਥੇ ਸੈੱਟ ਕਰ ਲਈ ਆ, ਦੇਖੋ ਆਪਾਂ ਇੱਧਰ ਹੁਣ ਡਰਾਇਰ ਕਰਾਂਗੇ ਕੱਪੜੇ, ਇੱਧਰ ਧੋਇਆ ਕਰਾਂਗੇ। ਵੈਸੇ ਨਾ ਮੈਂ ਤਾਂ ਹੀ ਰੱਖ ਸੀ, ਧੁੱਪ ਆਉਂਦੀ ਹੈ ਅਤੇ ਉੱਧਰ ਰੱਖ ਦਿੱਤੇ ਨੇ ਅਸੀਂ ਗਮਲੇ, ਬਾਕੀ ਦੇਖਦੇ ਹਾਂ ਜੀ। ਮੈਨੂੰ ਤਾਂ ਪਹਿਲਾਂ ਹੀ ਇਹਦੇ 'ਤੇ ਲੱਗਦਾ ਵੀ ਬਹੁਤ ਗਰਮ ਹੋ ਚੁੱਕੀ ਹੈ ਮਸ਼ੀਨ, ਧੁੱਪ ਬਹੁਤ ਸਿੱਧੀ ਇੱਧਰ ਹੀ ਪੈਂਦੀ ਹੈ। ਨੀਚੇ ਕੋਟਨ ਦਾ ਕੱਪੜਾ ਰੱਖ ਕੇ ਤੁਸੀਂ ਰੱਖਿਆ ਕਰੋ, ਬਹੁਤ ਵਧੀਆ ਰਹਿੰਦੇ ਆ, ਸੁੱਕ ਜਾਂਦੇ, ਪਾਣੀ ਸੁੱਕਤ ਹੋ ਜਾਂਦਾ ਨਾ, ਫਿਰ ਜਿਵੇਂ ਆਪਣੀਆਂ ਸੈਲਫ ਤੋਂ ਆ ਕੇ ਨੀਚੇ ਇਹਨਾਂ ਨਾ ਡਰੋਰ 'ਚ ਆ ਜਾਂਦਾ ਪਾਣੀ, ਅਤੇ ਇਹਦੇ 'ਚ ਪਾਣੀ ਨਹੀਂ ਆਉਂਦਾ ਹੈਗਾ। ਅਤੇ ਇੱਕ ਤੁਹਾਡੇ ਲਈ ਮੈਂ ਜੋ ਸਪੈਸ਼ਲ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਅੱਜ, ਬਾਕੀ ਤੁਹਾਨੂੰ ਪਤਾ ਹੀ ਹੈ ਡੇਲੀ ਰੂਟੀਨ 'ਚ ਛੋਟੇ ਛੋਟੇ ਕੰਮ ਤਾਂ ਮੇਰੇ ਡੇਲੀ ਹੁੰਦੇ ਰਹਿੰਦੇ ਆ, ਬਾਕੀ ਬਹੁਤ ਦਿਨ ਹੋ ਗਏ ਨੇ ਵਿਊ ਬਹੁਤ ਘੱਟ ਆ ਰਹੇ ਨੇ, ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ ਪਿਆਰਾ ਜਿਹਾ ਲਾਈਕ ਕਰ ਦਿਆ ਕਰੋ, ਲਾਈਕ ਤਾਂ ਬਿਲਕੁਲ ਵੀ ਨਹੀਂ ਆ ਰਹੇ ਮੇਰੇ।
ਤੇ ਗਾਇਸ ਜਿਵੇਂ ਅੱਜ ਕੱਲ ਆਪਣੇ ਭਾਂਡੇ ਖਰਾਬ ਹੋ ਜਾਂਦੇ ਪਿੱਤਲ ਦੇ ਲੋਹੇ ਦੇ, ਆਹ ਦੇਖੋ ਮੈਂ ਲੈ ਕੇ ਆਈ ਹਾਂ ਪੀਤਾਂਬਰੀ, ਇਹ ਮੈਂ ਪੀਤਾਂਬਰੀ ਲੈ ਕੇ ਆਈ ਹਾਂ। ਬਾਕੀ ਦੇਖਦੀ ਹਾਂ ਇਹਨੂੰ ਭਾਂਡੇ ਮਾਂਜ ਕੇ ਇਹਦੇ ਨਾਲ ਕਿੱਦਾਂ ਦੇ ਮਾਂਜਦੇ ਹੈ। ਆਹ ਦੇਖੋ ਜਿਵੇਂ ਆਪਣੀਆਂ ਇਹ ਵਾਲੀਆਂ ਗੜਵੀਆਂ ਹਨਾ ਪਿੱਤਲ ਦੇ ਭਾਂਡੇ, ਮੇਰੇ ਕੋਲ ਫਰਾਈ ਪੈਨ ਹੈ ਚਾਹ ਵਾਲਾ, ਇਹ ਮੈਂ ਮਾਂਜੂੰਗੀ ਫਿਰ ਮੈਂ ਤੁਹਾਨੂੰ ਦੱਸੂਗੀ। ਬਹੁਤ ਵਧੀਆ ਤੇ ਹੁੰਦਾ ਇਹ, ਐਵੇਂ ਦਾ ਪਾਊਡਰ ਜਿਹਾ ਹੁੰਦਾ ਪੀਤਾਂਬਰੀ ਲੈ ਕੇ ਲੈਣਾ ਤੁਸੀਂ, ਠੀਕ ਹੈ। ਆਪਾਂ ਨੂੰ ਜ਼ਿਆਦਾ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਕੱਲੀ ਕਰਵਾਉਣੀ ਹੈ ਭਾਂਡੇ, ਉਹ ਆਹ ਦੇਖੋ ਇਹ ਬਹੁਤ ਵਧੀਆ ਚੀਜ਼ ਹੈ, ਅਤੇ ਤੁਸੀਂ ਵੀ ਇਹ ਵਾਲਾ ਲੈ ਕੇ ਆਇਓ। ਬਾਕੀ ਦੇਖਦੀ ਹਾਂ ਜੀ ਮੈਂ ਮਾਂਜ ਕੇ, ਮੈਨੂੰ ਉਹਨਾਂ ਨੇ ਭਾਂਡੇ ਵਾਲਿਆਂ ਨੇ ਦੱਸਿਆ ਕਿ ਦੀਦੀ ਬਹੁਤ ਵਧੀਆ ਇਹਦੇ ਨਾਲ ਸਾਫ਼ ਸਫਾਈ ਨਾਲ ਭਾਂਡੇ ਇੱਕਦਮ ਚਮਕ ਜਾਂਦੇ ਆ। ਦੇਖਦੇ ਹਾਂ ਜੀ ਹੁਣ ਆਪਾਂ ਮਾਂਜ ਕੇ ਇਹਨੂੰ 2-4 ਮਿੰਟ ਨਾ ਪਹਿਲਾਂ ਲਾ ਕੇ ਰੱਖ ਦਿਉ, ਤੁਸੀਂ ਆਹ ਦੇਖੋਗੇ ਕਿੱਦਾਂ ਦਾ। ਬਾਕੀ ਹੁਣ ਮਾਂਜ ਕੇ ਦੇਖਦੇ ਹਾਂ ਕਿੱਦਾਂ ਦਾ ਨਿਕਲਦਾ, ਠੀਕ ਹੈ। ਇਹ ਕਹਿੰਦੇ ਪੀਤਾਂਬਰੀ ਦੇ ਵਿੱਚ ਮਤਲਬ ਕਈ ਚੀਜ਼ਾਂ ਪਾਈਆਂ ਹੁੰਦੀਆਂ ਉਹਨਾਂ ਨੇ, ਅਤੇ ਇਹ ਭਾਂਡੇ ਮਾਂਜ ਬਹੁਤ ਸਾਫ਼ ਸੁਥਰੇ ਮਾਂਜਦਾ। ਅਤੇ ਆਹ ਦੇਖੋ ਜਿਵੇਂ ਮੇਰੀ ਲੋਹੇ ਦੀ ਕੜਾਹੀ ਹੈ ਬਹੁਤ ਗੰਦੀ ਹੋਈ ਪਈ ਹੈ, 1-2 ਦਿਨ ਵੀ ਹੋ ਜਾਣਾ ਅਤੇ ਖਰਾਬ ਬਹੁਤ ਜਲਦੀ ਹੋ ਜਾਂਦੀ। ਆਹ ਦੇਖੋ 2-4 ਮਿੰਟ ਤੁਸੀਂ ਲਾ ਕੇ ਰੱਖ ਲੈਣਾ ਪੀਤਾਂਬਰੀ ਹੈ। ਆਹ ਦੇਖੋ ਮੈਂ ਲਾ ਕੇ ਰੱਖ ਦੂੰਗੀ ਫਿਰ ਇਹਨੂੰ ਮਾਂਜੂੰਗੀ, ਚਮਕ ਬਿਲਕੁਲ ਚਮਕ ਜਾਏਗਾ ਭਾਂਡਾ ਤੁਹਾਡਾ। ਅਤੇ ਲਓ ਜੀ ਆਪਾਂ ਇੱਦਾਂ ਕਰਦੇ ਹਾਂ ਕਿ ਇਹਨਾਂ ਨੂੰ ਨਾ ਆਪਾਂ 2-4 ਮਿੰਟ ਜਦ ਤੱਕ ਲਾ ਕੇ ਰੱਖ ਦਿੰਦੇ ਹਾਂ। ਜਿਹੜੇ ਮੈਂ ਮੰਜੇ ਹੋਏ ਘਰ ਦੇ ਦੂਸਰੇ ਭਾਂਡੇ ਹੈ ਉਹਨਾਂ ਨੂੰ ਮੈਂ ਫਿਰ ਧੋ ਲੈਂਦੀ ਹਾਂ, ਤਦ ਤੱਕ ਇਹਦਾ ਦੇਖਦੇ ਹਾਂ ਜੀ ਕੀ ਅਸਰ ਹੁੰਦਾ। ਬਾਕੀ ਮੈਂ ਤੁਹਾਨੂੰ ਹੁਣੇ ਹੀ ਤੁਰੰਤ ਹੀ ਰਿਜ਼ਲਟ ਦਿਖਾਊਂਗੀ ਇਹਦਾ ਕੀ ਮਿਲਦਾ, ਠੀਕ ਹੈ। ਫਿਰ ਤੁਸੀਂ ਵੀ ਘਰ ਜਿਵੇਂ ਪਿੱਤਲ ਦੇ ਲੋਹੇ ਦੇ ਭਾਂਡੇ ਸਾਫ਼ ਕਰਨੇ ਨਾ, ਜਿਵੇਂ ਆਪਣੀ ਅਕਸਰ ਕੜਾਹੀਆਂ ਤਾਂ ਸਾੜੀ ਜਾਂਦੀਆਂ ਲੋਹੇ ਦੀਆਂ ਤੇਲ ਨਾਲ, ਠੀਕ ਹੈ ਜੀ। ਤੁਸੀਂ ਇਹ ਲੈ ਕੇ ਦੇਖੋ, ਬਾਕੀ ਮੈਂ ਦੇਖਦੀ ਹਾਂ ਹੁਣੇ ਤੁਹਾਨੂੰ ਇਹਦਾ ਰਿਜ਼ਲਟ ਹੁਣੇ ਦਿਖਾਉਂਦੀ ਹਾਂ। ਦੇਖੋ ਲਾ ਕੇ ਰੱਖ ਦਿੰਦੇ ਹਾਂ ਫਿਰ ਇਹਦਾ ਰਿਜ਼ਲਟ ਦੇਖਦੇ ਹਾਂ। ਵਧੀਆ ਆਹ ਦੇਖ ਲਓ ਕੀ ਹਾਲ ਹੈ, ਅਤੇ ਆਪਾਂ ਲਗਾ ਕੇ ਹੁਣ ਛੱਡ ਦਿੰਦੇ ਹਾਂ ਜਦ ਤੱਕ ਆਪਾਂ ਧੋ ਲੈਂਦੇ ਹਾਂ ਦੂਸਰੇ ਭਾਂਡੇ। ਚਲੋ ਗਾਈਸ ਆ ਤੁਹਾਨੂੰ ਦਿਖਾਉਂਦੀ ਹਾਂ, ਆਹ ਦੇਖੋ ਤੁਸੀਂ ਪਹਿਲਾਂ ਵੀ ਦੇਖੀ ਗੜਵੀ ਅਤੇ ਹੁਣ ਵੀ ਦੇਖੀ ਹੈ ਨਾ। ਦੇਖੋ ਪੀਤਾਂਬਰੀ ਇੰਨੀ ਵਧੀਆ ਚੀਜ਼ ਹੈ ਕਿ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਆਪਣੇ ਭਾਂਡੇ ਘਰ ਸਾਫ਼ ਕਰ ਸਕਦੇ ਹੋ। ਦੇਖੋ ਬਿਲਕੁਲ ਐਨ ਇੱਕਦਮ ਚਮਕ ਕੇ ਵਧੀਆ ਹੋ ਗਈ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਮੈਨੂੰ ਵਧੀਆ ਲੱਗਿਆ, ਮੈਂ ਤੁਹਾਨੂੰ ਦੱਸਦੇ ਮੈਂ ਚਲੋ ਵੀਡੀਓ ਸ਼ੇਅਰ ਕਰ ਦਿੰਦੀ ਹਾਂ। ਅਤੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਭਾਂਡੇ ਜਿਹੜੇ ਮਤਲਬ ਕਾਲੇ ਪਏ ਹੁੰਦੇ ਨਾ ਕਈ ਵਾਰੀ ਆਪਾਂ ਯੂਜ਼ ਕਰਦੇ ਨੂੰ ਵੀ ਮਨ ਨਹੀਂ ਕਰਦਾ, ਅਤੇ ਦੇਖੋ ਤੁਸੀਂ ਇਸ ਤਰ੍ਹਾਂ ਨਾਲ ਯੂਜ਼ ਕਰ ਸਕਦੇ ਹੋ, ਠੀਕ ਹੈ। ਮਾਂਜ ਕੇ ਇਹ ਤਾਂਬੇ ਦੇ ਸੀਗੇ, ਠੀਕ ਹੈ। ਤੁਹਾਨੂੰ ਮੈਂ ਪਿੱਤਲ ਦੀ ਦਿਖਾਉਂਦੀ ਹਾਂ, ਇਹ ਹੈ ਮੇਰੇ ਕੋਲ ਪਿੱਤਲ ਦੀ, ਇਹ ਫਰਾਈ ਪੈਨ ਹੈ ਜੀ ਮੇਰੇ ਕੋਲ ਪਿੱਤਲ ਦਾ, ਇਹ ਵੀ ਇੱਕਦਮ ਚਮਕ ਗਿਆ ਦੇਖੋ, ਸਾਫ਼ ਹੋ ਗਿਆ ਨਾ ਐਨ ਵਧੀਆ ਹੋ ਗਿਆ ਦੇਖੋ। ਇਸੇ ਤਰੀਕੇ ਨਾਲ ਤੁਸੀਂ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਪੀਤਾਂਬਰੀ ਲੈ ਕੇ ਆਇਓ, ਠੀਕ ਹੈ। ਆਹ ਦੇਖੋ ਤੁਹਾਨੂੰ ਲੋਹੇ ਦੀ ਕੜਾਹੀ ਪਹਿਲਾਂ ਵੀ ਦੇਖੀ ਹੈ ਤੁਸੀਂ ਲੋਹੇ ਦੀ ਕੜਾਹੀ, ਅਤੇ ਹੁਣ ਵੀ ਦੇਖੋ ਆਹ ਦੇਖੋ ਜੀ ਵਧੀਆ ਹੋ ਗਈ ਨਾ ਸਾਫ਼ ਸੁਥਰੀ। ਅਤੇ ਗਾਈਸ ਤੁਸੀਂ ਲਿਆਇਓ ਅਤੇ ਜ਼ਰੂਰ ਦੱਸਿਓ। ਬਾਕੀ ਮੈਂ ਕਰਦੇ ਹਾਂ ਹੋਰ ਕੰਮ, ਛੋਟੇ ਛੋਟੇ ਬਹੁਤ ਸਾਰੇ ਘਰ ਦੇ ਕੰਮ ਹੈ, ਜਿਵੇਂ ਡੇਲੀ ਰੂਟੀਨ 'ਚ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ, ਅਤੇ ਬਣੇ ਰਹੋ। ਅਤੇ ਆਹ ਦੇਖੋ ਆਪਣੇ ਭਾਂਡੇ ਇੱਕਦਮ ਚਮਾ ਚਮ ਹੋ ਗਏ ਨੇ, ਕਿੰਨੇ ਵਧੀਆ ਲੱਗ ਰਹੇ ਨਾ, ਦੇਖਣ 'ਚ ਵੀ ਖੂਬਸੂਰਤ ਲੱਗ ਰਹੇ। ਅਤੇ ਲਓ ਗਾਈਸ ਇੱਧਰ ਆਪਾਂ ਕੰਮ ਕਰ ਲਿਆ ਸੀ ਭਾਂਡੇ ਮਾਂਜਦੇ, ਰਸੋਈ ਆਪਾਂ ਕਰ ਲਈ ਸਾਫ਼, ਹੁਣ ਆਪਾਂ ਬਸ ਥੋੜ੍ਹੇ ਜਿਹੇ ਕੱਪੜੇ ਰਹਿ ਗਏ ਨੇ ਸਾਡੇ ਕੰਮ ਕਰਕੇ ਸਵੇਰ ਤੋਂ ਲੈ ਕੇ। ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਛੋਟੇ ਛੋਟੇ ਕੰਮ ਹੁੰਦੇ ਆ, ਅਤੇ ਇੱਦਾਂ ਹੀ ਬਹੁਤ ਸਾਰੀਆਂ ਭੈਣਾਂ ਕਰਦੀਆਂ ਵੀ ਨੇ ਕੰਮ, ਮੈਨੂੰ ਕਹਿੰਦੇ ਨਾ ਬਹੁਤ ਕੰਮ ਕਰਦੇ ਆ ਸਿਸਟਰ, ਸਾਰੇ ਹੀ ਕੰਮ ਕਰਦੇ ਆ। ਅੱਜ ਕੱਲ੍ਹ ਪਿੰਡ 'ਚ ਕੁਛ ਜ਼ਿਆਦਾ ਹੀ ਕੰਮ ਹੁੰਦੇ,
ਸ਼ਹਿਰੀਆਂ ਦਾ ਮੈਂ ਦੇਖਿਆ, ਸ਼ਹਿਰੀਆਂ ਦਾ ਵਧੀਆ ਕੰਮ ਵਾਲੀਆਂ ਲਾਈਆਂ ਹੁੰਦੀਆਂ, ਕੰਮ ਕਰਦੀਆਂ ਫਟਾਫਟ ਆਪਣਾ ਵਿਹਲੇ ਹੋਏ ਸਾਰਾ ਦਿਨ ਫ੍ਰੀ, ਤੇ ਸਾਨੂੰ ਇੱਥੇ ਬਿਲਕੁਲ ਸਾਰਾ ਦਿਨ ਕੰਮਾਂ ਤੋਂ ਵਿਹਲੀ ਮਿਲਦੀ ਹੈਗੀ। ਤੇ ਮੈਂ ਕਿਹਾ ਚਲੋ ਹੁਣ ਰਸੋਈ ਸਾਫ਼ ਹੋ ਗਈ ਹੈ, ਬਾਕੀ ਹੁਣ ਆਪਾਂ ਭਾਂਡਿਆਂ ਦਾ ਕੰਮ ਕਰਕੇ, ਤੇ ਉੱਧਰ ਘਰ ਭਾਂਡਿਆਂ ਦਾ ਨਿਬੇੜਿਆ ਸੀਗਾ ਸੋਰੀ ਕੰਮ, ਤੇ ਉੱਧਰ ਦੋ ਚਾਰ ਕੱਪੜੇ ਪ੍ਰੈਸ ਕਰਕੇ ਫਿਰ ਫ੍ਰੀ ਹੋ ਜਾਵਾਂਗੇ, ਬਾਕੀ ਫਿਰ ਦੇਖਾਂਗੇ। ਸਾਰਾ ਦਿਨ ਸਾਡੇ ਤਾਂ ਛੋਟੇ ਛੋਟੇ ਇੱਦਾਂ ਹੀ ਕੰਮ ਹੁੰਦੇ ਆ ਜੀ। ਠੀਕ ਹੈ ਜੀ। ਲੋ ਗਾਈਜ਼, ਇੱਧਰ ਸੀਗੇ ਸਾਡੇ ਥੋੜੇ ਜਿਹੇ ਕੱਪੜੇ, ਡੇਲੀ ਕੱਪੜੇ ਕਰਦੇ ਆ, ਫਿਰ ਵੀ ਦੇਖ ਲਓ ਥੋੜੇ 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 ਕੱਪੜੇ ਹੋ ਹੀ ਜਾਂਦੇ ਆ। ਬਾਕੀ ਮਿਲਦੇ ਆ ਤੁਹਾਨੂੰ ਕੱਲ੍ਹ ਨਵੇਂ ਵਲੌਗ ਵਿੱਚ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਾਕੀ ਥੈਂਕ ਯੂ। ਜਿੱਥੋਂ ਦੀ ਤੁਸੀਂ ਵੇਖਦੇ ਹੁੰਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਪਹੁੰਚਦੀ ਹੈ। ਬਹੁਤ ਸਾਰੀਆਂ ਭੈਣਾਂ ਅੱਛੇ ਅੱਛੇ ਕਮੈਂਟ ਕਰਦੀਆਂ, ਬਹੁਤ ਅੱਛਾ ਲੱਗਦਾ। ਪਲੀਜ਼ ਇੱਕ ਲਾਈਕ ਦੇ ਦਿਆ ਕਰੋ, ਮੇਰੇ ਲਾਈਕ ਬਹੁਤ ਘੱਟ ਹੁੰਦੇ, ਮੈਂ ਤੁਹਾਨੂੰ ਹਮੇਸ਼ਾ ਹੀ ਹੱਥ ਜੋੜਦੀ ਹੁੰਦੀ ਹਾਂ ਕਿ ਮੈਨੂੰ ਲਾਈਕ ਜ਼ਰੂਰ ਦਿਆ ਕਰੋ। ਮੇਰੇ ਸੱਚੀ ਪੁੱਛੋ ਨਾ 100 ਲਾਈਕ ਵੀ ਨਹੀਂ ਇੱਕ ਵੀਡੀਓ 'ਤੇ ਹੁੰਦੇ, ਅਤੇ ਅੱਜ ਕੱਲ੍ਹ ਮੇਰੀ ਵੀਡੀਓ ਬਹੁਤ ਜ਼ਿਆਦਾ ਡਾਊਨ ਚੱਲ ਰਹੀ ਹੈ, ਮੈਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਮੈਂ ਇੰਨੀ ਮਿਹਨਤ ਕਰਦੀ ਹਾਂ ਨਾ, ਇੰਨੀ ਸਾਰਾ ਦਿਨ ਕੰਮ ਵੀ ਕਰੀਦਾ, ਵਲੌਗ ਵੀ ਬਣਾਈਦੇ, ਬੜੇ ਮੁਸ਼ਕਲ ਹੈ। ਵਲੌਗ ਬਣਾਉਣਾ ਸੌਖਾ ਕੰਮ ਨਹੀਂ ਹੈ ਜੀ, ਵਲੌਗਿੰਗ ਕਰਨੀ ਬੜੀ ਮੁਸ਼ਕਲ ਹੈ ਜੀ, ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਯੂਟਿਊਬ ਚਲਾਉਣਾ ਬਹੁਤ ਔਖਾ ਹੈ, ਇੱਕ ਵਾਰ ਚਲਾ ਕੇ ਦੇਖੋ, ਵੀਡੀਓ ਬਣਾਉਣੀ, ਐਡਿਟ ਕਰਨੀ, ਕਟਿੰਗ ਕਰਨੀ, ਸਾਰਾ ਦਿਨ ਘਰ ਦੇ ਕੰਮ ਕਰਨੇ, ਠੀਕ ਹੈ ਜੀ, ਅਤੇ ਬੜਾ ਮੁਸ਼ਕਲ ਹੁੰਦਾ। ਪਲੀਜ਼ ਪਿਆਰਾ ਜਿਹਾ ਲਾਈਕ ਜ਼ਰੂਰ ਦਿਆ ਕਰੋ, ਬਸ ਇਹੀ ਤੁਹਾਡੇ ਅੱਗੇ ਰਿਕੁਐਸਟ ਹੁੰਦੀ ਹੈ। ਜੇਕਰ ਵਧੀਆ ਨਹੀਂ ਲੱਗਦੀ ਮੈਂ ਵੀਡੀਓ 'ਤੇ, ਜਿਨ੍ਹਾਂ ਨੂੰ ਨਹੀਂ ਲੱਗ ਰਹੀ ਉਹ ਤੁਸੀਂ ਡਿਸਲਾਈਕ ਕਰ ਸਕਦੇ ਹੋ, ਠੀਕ ਹੈ ਜੀ। ਮਿਲਦੀ ਹਾਂ ਤੁਹਾਨੂੰ ਕੱਲ੍ਹ ਨਵੇਂ ਵਲੌਗ ਵਿੱਚ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।